786 ਜਿਹੜਾ ਰੈਡ ਲੇਡੀ ਇਹ ਪਪੀਤੇ ਦੀ ਜਿਹੜੀ ਇਹ ਖੇਤੀ ਕੀਤੀ ਹੈ ਬੜਾ ਵੇਖਿਆ ਜਾ ਰਿਹਾ ਕਿ ਪੂਰਾ ਭਰਿਆ ਹੋਇਆ ਪਪੀਤੇ ਦੇ ਨਾਲ ਹਾਂਜੀ ਇਹ ਸਾਲ ਦੇ ਵਿੱਚ ਕਿੰਨੇ ਵਾਰੀ ਫਲ ਦਿੰਦਾ ਇਹ ਲਗਾਤਾਰ ਚੱਲਦਾ ਜੀ ਬਸ ਹੁਣ ਇੱਕ ਮਹੀਨਾ ਠਹਿਰੂਗਾ ਮਤਲਬ ਫਰਵਰੀ ਤੋਂ ਫਿਰ ਸ਼ੁਰੂ ਹੋ ਜਾਊਗਾ ਮਤਲਬ ਜਨਵਰੀ ਖੜੂਗਾ ਉਹਨੂੰ ਅੱਛਾ ਇਹ ਮੰਨ ਲਓ ਤਕਰੀਬਨ ਸਾਰਾ ਸਾਲ ਹੀ ਫਲ ਦਿੰਦਾ ਹਾਂਜੀ 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 ਕਿੰਨੇ ਸਾਲ ਦਾ ਬੂਟਾ ਤਿਆਰ ਹੋ ਜਾਂਦਾ ਕਿੰਨੇ ਸਮੇਂ ਦਾ ਜਦੋਂ ਉਸ ਨੂੰ ਫਲ ਲੱਗਣਾ ਸ਼ੁਰੂ ਹੁੰਦਾ ਹੈ ਹਾਂ 8 ਮਹੀਨੇ ਦਾ ਫਲ ਆਉਣ ਲੱਗ ਜਾਂਦਾ ਜੀ 8 ਮਹੀਨੇ ਦਾ ਹਾਂਜੀ ਹਾਂਜੀ ਇਹਦੇ ਚੋਂ ਮੰਨ ਲਓ ਪਪੀਤਿਆਂ ਦੀ ਖੇਤੀ ਪਿਛਲੇ 3 ਸਾਲਾਂ ਤੋਂ ਤੁਸੀਂ ਕਰ ਰਹੇ ਹੋ ਕੋਈ 4 ਪੈਸੇ ਕੱਢਣ ਪਾਉਣ ਨੂੰ ਹੈਗੇ ਬਚਦੇ ਆ ਕਿਰਪਾ ਮਹਾਰਾਜ ਸੱਚੇ ਪਾਤਸ਼ਾਹ ਦੀ 1 ਲੱਖ ਰੁਪਏ ਕਿੱਲੇ ਦਾ ਮਤਲਬ ਬਚਦਾ ਹਾਂਜੀ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜੇ ਕਣਕ ਤੇ ਝੋਨੇ ਤੇ ਆਮ ਤੌਰ ਤੇ ਨਿਰਭਰ ਰਹਿੰਦੇ ਨੇ ਉਹ ਅਗਰ ਪਪੀਤਿਆਂ ਦੀ ਖੇਤੀ ਕਰਦੇ ਆ ਤਾਂ 1 ਲੱਖ ਰੁਪਇਆ ਕਿੱਲੇ ਦਾ ਬਚਦਾ ਤੇ ਮਿਹਨਤ ਦੀ ਗੱਲ ਕਰੀਏ ਇਹਦੇ ਉੱਪਰ ਮਿਹਨਤ ਕਿੰਨੀ ਕੁ ਲੱਗਦੀ ਆ ਨਹੀਂ ਮਿਹਨਤ ਤਾਂ ਛੋਟਾ ਬੂਟਾ ਬਣਨਾ ਔਖਾ ਜੀ ਬਾਕੀ ਤਾਂ ਫਿਰ ਕੋਈ ਖਾਸ ਨਹੀਂ ਉਹ ਤਾਂ ਛੋਟਾ ਬੂਟਾ ਤਿਆਰ ਕਰਨਾ ਇੱਕ ਵਾਰੀ ਮਿਹਨਤ ਲੱਗਦੀ ਆ ਹਾਂਜੀ ਹਾਂਜੀ ਤਾਂ ਇਹ ਪਪੀਤਿਆਂ ਦੀ ਸਾਈਜ਼ ਦੀ ਗੱਲ ਕਰ ਰਹੀਏ ਤਾਂ ਇਹਦਾ ਵੱਧ ਤੋਂ ਵੱਧ ਪਪੀਤੇ ਦਾ ਸਾਈਜ਼ ਕਿੰਨਾ ਕੁ ਤੁਸੀਂ ਹੁਣ ਤੱਕ ਜਿਹੜਾ 2 ਕਿਲੋ ਦਾ ਮਤਲਬ ਕਿ ਜਿਹੜਾ ਆਪਣਾ ਪਪੀਤਾ ਹੋ ਜਾਂਦਾ ਹੈ 2 ਕਿਲੋ ਤੱਕ ਦਾ ਪਪੀਤਾ ਵੀ ਹੁੰਦਾ ਹਾਂਜੀ 1.5 ਤੋਂ 2 ਕਿਲੋ ਇਹਦੀ ਫਿਰ ਅੱਗੇ ਜਿਹੜੀ ਵਿਕਰੀ ਹੈ ਉਹ ਕਿੱਥੇ ਕਿੱਥੇ ਕਰਦੇ ਹੋ ਫਾਜ਼ਿਲਕਾ ਕਰਦੇ ਆ ਅਰਨੀ ਵਾਲੇ ਕਰਦੇ ਆ ਹੋਰ ਤੇ ਸਾਡੇ ਕੋਲ ਥੋਕਲ ਲੈ ਜਾਂਦੇ ਮਤਲਬ ਕਿ ਸਾਰੇ ਜ਼ਿਲ੍ਹੇ ਦੇ ਵਿੱਚ ਤੁਸੀਂ ਇਹ ਤੁਹਾਡਾ ਪਪੀਤਾ ਹਾਂਜੀ 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 ਜ਼ਿਲ੍ਹੇ ਦੇ ਵਿੱਚ ਹੋਰ ਤਾਂ ਹੈ ਨਹੀਂ ਕਿਤੇ ਪਪੀਤੇ ਦੀ ਖੇਤੀ ਹੋਰ ਤਾਂ ਹਾਂ 1-2 ਪਰਿਵਾਰਾਂ ਨੇ ਲਾਇਆ ਹੈ ਜੀ ਆ ਬਤਰੇ ਆ ਜਿੱਦਾਂ ਕਿ ਜੀਤਪੁਰੇ ਦੇ ਆ ਜਾਂ ਲਾਲਚੰਦ ਆ ਜੀਤਪੁਰੇ ਦਾ ਜੀ ਅੱਛਾ ਜੀ ਹਾਂਜੀ ਹਾਂਜੀ ਤੇ ਹੋਰ ਤਾਂ ਮੇਰੇ ਹੈ ਤੇ ਇਹਦੇ ਵਿੱਚ ਵੇਖਣ ਨੂੰ ਮਿਲ ਰਿਹਾ ਕਿ ਤੁਸੀਂ ਸਰੋਂ ਦੀ ਖੇਤੀ ਵੀ ਕੀਤੀ ਹੋਈ ਹੈ ਜਾਂ ਆਪਣੇ ਜਿਹੜੀ ਨਰਮੇ ਦੀ ਖੇਤੀ ਵੀ ਕਰਦੇ ਹਾਂ ਜੀ ਇੱਕ ਬੜਾ ਵਧੀਆ ਜੀ ਮਤਲਬ ਜਿਹੜਾ ਕਿ ਜਿਹੜੀ ਦੂਜੀ ਫਸਲ ਦੀ ਜੂਠ ਨਹੀਂ ਮੰਨਦਾ ਜੀ ਅੱਛਾ ਜੀ ਹਾਂ ਬਈ ਇਹਦਾ ਹੀ ਨਰਮਾ ਹੀ ਹੋ ਜਾਂਦਾ ਫਸਲ ਸਰੋਂ ਹੋ ਜਾਂਦੀ ਹੈ ਸਰੋਂ ਵੀ ਹੋ ਜਾਂਦੀ ਨਰਮਾ ਵੀ ਹੋ ਜਾਂਦਾ ਹਾਂ ਦੱਸ ਦਈਏ ਕਿ ਕਿਸਾਨ ਨੇ ਪਪੀਤੇ ਦੀ ਖੇਤੀ ਤਾਂ ਕੀਤੀ ਹੋਈ ਹੈ ਇਸ ਦੇ ਨਾਲ 2 ਫਸਲਾਂ ਇਸ ਦੇ ਵਿੱਚ ਹੋਰ ਵੀ ਬੀਜੀਆਂ ਹੋਈਆਂ ਇਸ ਦੇ ਵਿੱਚ ਪਹਿਲਾਂ ਸਰੋਂ ਦੀ ਖੇਤੀ ਵੀ ਹੈ ਤਾਂ ਨਰਮੇ ਦੀ ਹੈ ਹੁਣ ਇਹ ਨਰਮਾ ਇਹਨਾਂ ਨੇ ਜਿਹੜਾ ਵੱਢ ਤਾਂ ਛੱਟੀਆਂ ਵੱਡੀਆਂ ਜਾ ਰਹੀਆਂ ਹੁਣ ਥੱਲੋਂ ਸਰੋਂ ਦੀ ਖੇਤੀ ਹੋ ਰਹੀ ਹੈ ਤਾਂ 1 ਕਿੱਲੇ ਦੇ ਵਿੱਚ 3-3 ਫਸਲਾਂ ਉਗਾਈਆਂ ਜਾ ਰਹੀਆਂ ਤੁਸੀਂ ਵੀ ਇਹਨਾਂ ਤੋਂ ਸੇਧ ਲੈ ਸਕਦੇ ਹੋ ਵਿਧੀ ਦੇ ਰਾਹੀਂ ਰਮ ਟੀਵੀ ਦੇ ਨਾਲ ਮੈਂ ਸੁਖਵਿੰਦਰ ਥਿੰਦ ਇਸ ਵਾਰ ਤੁਹਾਨੂੰ ਇੱਕ ਵੱਖਰੀ ਖੇਤੀ ਵਿਖਾਉਣ ਜਾ ਰਿਹਾ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਕਣਕ ਤੇ ਝੋਨੇ ਦੀ ਖੇਤੀ ਤਾਂ ਹਰ ਕੋਈ ਕਰਦਾ ਪਰ ਪਪੀਤਿਆਂ ਦੀ ਖੇਤੀ ਕੋਈ ਵਿਰਲਾ ਹੀ ਕਰਦਾ ਅੱਜ ਅਸੀਂ ਪਪੀਤਿਆਂ ਦੇ ਬਾਗ ਦੇ ਵਿੱਚ ਪਹੁੰਚੇ ਹਾਂ ਤਾਂ ਕਿਸਾਨ ਸਾਡੇ ਨਾਲ ਮੌਜੂਦ ਨੇ ਪਪੀਤਿਆਂ ਦੀ ਖੇਤੀ ਕਿਵੇਂ ਹੁੰਦੀ ਏ ਅੱਜ ਕਿਸਾਨ ਦੱਸਣਗੇ ਤਾਂ ਕਿਸਾਨਾਂ ਵੱਲੋਂ ਦਸੀ ਵਿਧੀ ਦੇ ਰਾਹੀਂ ਤੁਸੀਂ ਵੀ ਪਪੀਤਿਆਂ ਦੀ ਖੇਤੀ ਕਰ ਸਕਦੇ ਹੋ ਤੇ ਲੱਖਾਂ ਰੁਪਏ ਕਮਾ ਸਕਦੇ ਹੋ ਕਿਸਾਨ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਆ ਸਭ ਤੋਂ ਪਹਿਲਾਂ ਜੀ ਰਮ ਟੀਵੀ 'ਚ ਸਵਾਗਤ ਹੈ ਤੁਹਾਡਾ ਜੀ ਹਾਂਜੀ ਹਾਂਜੀ ਜੀ ਆਣ ਜੀ ਜੀ ਆਣ ਹਾਂਜੀ ਕੀ ਨਾਮ ਕੀ ਹੈ ਤੁਹਾਡਾ ਇਕਵਾਲ ਸਿੰਘ ਸੰਧੂ ਹੈ ਜੀ ਮੇਰਾ ਨਾਮ ਇਕਵਾਲ ਸਿੰਘ ਜੀ ਆ ਥੋੜਾ ਚੱਲ ਫਿਰ ਕੇ ਗੱਲਬਾਤ ਕਰਦੇ ਆ ਪਪੀਤਿਆਂ ਦੀ ਖੇਤੀ ਕਰ ਰਹੇ ਹੋ ਕਿਵੇਂ ਸ਼ੌਂਕ ਪਿਆ ਪਪੀਤਿਆਂ ਦੀ ਖੇਤੀ ਦਾ ਆਪਣਾ ਜਿਹੜਾ ਜ਼ਿਲ੍ਹਾ ਇਹ ਤਾਂ ਆਮ ਤੌਰ ਤੇ ਕਣਕ ਤੇ ਝੋਨੇ ਤੇ ਜ਼ਿਆਦਾ ਨਿਰਭਰ ਰਹਿੰਦਾ ਹੈ ਹਾਂਜੀ ਹਾਂਜੀ ਇਹ ਨਾ ਜੀ ਮੈਂ ਪਹਿਲੇ ਮਤਲਬ ਪਿਛਲੇ ਸਾਲ ਤੋਂ 2 ਸਾਲਾਂ ਤੋਂ ਇਹ ਜ਼ਮੀਨ ਮੁੱਲ ਲਈ ਸੀ ਮੈਂ ਤੇ ਮੈਂ ਇਸੇ ਵੇਜ ਨਾਲ ਲਈ ਸੀ ਵੀ ਮੈਂ ਇੱਥੇ ਜਿਹੜਾ ਮਤਲਬ ਇਹ ਪਾਣੀ ਘੱਟ ਖਿਲਾਰਦੀ ਹੈ ਤੇ ਵੱਤਰ ਜ਼ਿਆਦਾ ਰੱਖਦੀ ਹੈ ਇਸ ਕਰਕੇ ਮੇਰੇ ਸਲਾਹ ਹੀ ਵੀ ਚੱਲੇ ਪਪੀਤਾ ਲਾ ਕੇ ਦੇਖਦੇ ਹਾਂ ਤੇ ਮਹਾਰਾਜ ਦੀ ਕਿਰਪਾ ਨਾਲ ਬਹੁਤ ਕਾਮਯਾਬ ਹੋਈ ਇਹ ਜਿਹੜੀ ਪਪੀਤਿਆਂ ਦੀ ਖੇਤੀ ਹੈ ਇਸ ਦਾ ਆਪਾਂ ਸ਼ੁਰੂ ਤੋਂ ਗੱਲਬਾਤ ਕਰਦੇ ਹਾਂ ਇਹਦਾ ਜਿਹੜਾ ਬੂਟਾ ਹੈ ਇਹ ਕਿੱਥੋਂ ਲੈ ਕੇ ਆਏ ਸੀ ਹਾਂਜੀ ਅਸੀਂ ਗੁਜਰਾਤ ਤੋਂ ਮੰਗਾਇਆ ਸੀ ਗੁਜਰਾਤ ਤੋਂ ਤੇ ਇਹ ਕਿੰਨੇ ਰੁਪਏ ਦੀ ਪਨੀਰੀ ਤੇ ਪਈ ਸੀ ਇਹ 12 ਰੁਪਏ ਦਾ ਬੂਟਾ ਪਿਆ ਸੀ 12 ਰੁਪਏ ਦਾ ਕਿੰਨੇ ਏਕੜ ਦੇ ਵਿੱਚ ਲੱਗਿਆ ਬਾਗ ਦਾ 4 ਏਕੜ ਤੇ 4 ਏਕੜ ਦੇ ਵਿੱਚ ਲੱਗਿਆ ਹਾਂਜੀ ਤਾਂ ਇਹ ਗੱਲ ਕਰਦੇ ਆ ਮਤਲਬ ਜਦੋਂ ਪਪੀਤਾ ਤਿਆਰ ਹੋ ਜਾਂਦਾ ਬੂਟਾ ਹਾਂਜੀ ਕਿੰਨੇ ਸਾਲ ਦਾ ਬੂਟਾ ਤਿਆਰ ਹੋ ਜਾਂਦਾ ਕਿੰਨੇ ਸਮੇਂ ਦਾ ਜਦੋਂ ਉਸ ਨੂੰ ਫਲ ਲੱਗਣਾ ਸ਼ੁਰੂ ਹੁੰਦਾ ਹੈ ਹਾਂ 8 ਮਹੀਨੇ ਦਾ ਫਲ ਆਉਣ ਲੱਗ ਜਾਂਦਾ ਜੀ 8 ਮਹੀਨੇ ਦਾ ਹਾਂਜੀ ਹਾਂਜੀ ਹੁਣ ਇਹ ਬਾਗ ਲਾਈਨ ਨੂੰ ਕਿੰਨੇ ਸਾਲ ਹੋ ਗਏ ਹੁਣ ਸਾਡੇ ਕੋਲ ਇਹ 2 ਸਾਲ ਹੋ ਗਏ ਜੀ 2 ਸਾਲ ਹੋ ਗਏ ਇਹ ਕਿਸਾਨਾਂ ਨੂੰ ਇਹ ਜ਼ਰੂਰ ਦੱਸਿਓ ਮੰਨ ਲਓ ਇਸ ਨੂੰ ਕਿਹੜਾ ਮੌਸਮ ਚਾਹੀਦਾ ਹੁੰਦਾ ਹੈ ਕਿਹੜਾ ਪਾਣੀ ਚਾਹੀਦਾ ਹੁੰਦਾ ਹੈ ਤੇ ਕਿਹੜੇ ਕਿਹੜੇ ਸਮੇਂ ਤੇ ਪਾਣੀ ਲਾਉਣਾ ਚਾਹੀਦਾ ਹੈ ਹਾਂਜੀ ਇਹਨੂੰ ਮਾਰਚ 'ਚ ਬੀਜੋ ਜੀ ਤੇ ਪਾਣੀ ਇਹਨੂੰ ਗਰਮੀ 'ਚ ਵੱਧ ਚਾਹੀਦਾ ਮਤਲਬ ਹਫ਼ਤੇ ਕੁ ਬਾਅਦ ਪਾਣੀ ਦੇ ਦੇਣਾ ਚਾਹੀਦਾ ਹੈ ਇਹਨੂੰ ਤੇ ਬਾਕੀ ਇਹ ਵਧੀਆ ਜੀ ਕੋਈ ਜ਼ਿਆਦਾ ਪਾਣੀ ਨਹੀਂ ਮਤਲਬ ਕਿ ਇਹਨੂੰ ਪੂਰਾ ਸਹੀ ਕਰਦਾ ਰਹੇ ਜ਼ਮੀਨ ਖਿਲਾਰਦੀ ਨਾ ਹੋਵੇ ਪਾਣੀ ਇਹਦੇ ਵਿੱਚ ਹਾਂ ਖਿਲਾਰੂਗੀ ਫਿਰ ਮਰਦਾ ਜੀ ਬੂਟਾ ਇਹ ਕਿਹੜੀ ਕੁਆਲਿਟੀ ਦਾ ਪਪੀਤਾ ਲੱਗਿਆ ਇਹ ਰੈਡ ਲੇਡੀ 786 ਰੈਡ ਰੈਡ ਲੇਡੀ 786 ਰੈਡ ਲੇਡੀ ਹੈ ਆ 786 ਜਿਹੜਾ ਰੈਡ ਲੇਡੀ ਹੈ ਪਪੀਤੇ ਦੀ ਜਿਹੜੀ ਇਹ ਖੇਤੀ ਕੀਤੀ ਹੈ ਇਹ ਬੜਾ ਵੇਖਿਆ ਜਾ ਰਿਹਾ ਕਿ ਪੂਰਾ ਭਰਿਆ ਹੋਇਆ ਪਪੀਤੇ ਦੇ ਨਾਲ ਹਾਂਜੀ ਇਹ ਸਾਲ ਦੇ ਵਿੱਚ ਕਿੰਨੇ ਵਾਰੀ ਫਲ ਦਿੰਦਾ ਇਹ ਲਗਾਤਾਰ ਚੱਲਦਾ ਜੀ ਬਸ ਹੁਣ 1 ਮਹੀਨਾ ਠਹਿਰੂਗਾ ਮਤਲਬ ਫਰਵਰੀ ਤੋਂ ਫਿਰ ਸ਼ੁਰੂ ਹੋ ਜਾਊਗਾ ਮਤਲਬ ਜਨਵਰੀ ਖੜੂਗਾ ਉਹਨੇ ਅੱਛਾ ਇਹ ਮੰਨ ਲਓ ਤਕਰੀਬਨ ਸਾਰਾ ਸਾਲ ਹੀ ਫਲ ਦਿੰਦਾ ਹਾਂਜੀ 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 ਇਹ ਵਾਰ ਥੱਲੋਂ ਤੋੜ ਦੇ ਉੱਪਰੋਂ ਲੱਗਿਆ ਹੁੰਦਾ ਹਾਂਜੀ 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 ਤੇ ਇਸ ਦੀ ਤੜਾਈ ਫਿਰ ਕਿਵੇਂ ਲੇਬਰ ਦੇ ਰਾਹੀਂ ਕਰਦੇ ਹੋ ਹਾਂਜੀ ਹਾਂਜੀ ਲੇਬਰ ਸਾਡੇ ਬੰਦੇ ਇੱਥੇ ਰੱਖੇ ਆ
ਉਹ ਕੰਮ ਕਰਦੇ ਰਹਿੰਦੇ ਆ ਮਤਲਬ ਇਹਨੂੰ ਫੰਗੀਸਾਈਡ ਵਗੈਰਾ ਸਪਰੇ ਮਾਰਦੇ ਆ ਦੂਜੀ ਬਿਮਾਰੀ ਤਾਂ ਹੋਰ ਪੈਂਦੀ ਨਹੀਂ ਤੇ ਇਹ ਕਿੰਨੀ ਕੁ ਇਹਨੂੰ ਸਪਰਾ ਆਪਣੀ ਜਿਹੜੀ ਖਾਦ ਸਪਰੇ ਹੁੰਦੀ ਨਹੀਂ ਕੋਈ ਜ਼ਿਆਦਾ ਨਹੀਂ ਜੀ ਮਤਲਬ ਹੁਣ ਮਤਲਬ ਜਿਵੇਂ ਫਰਵਰੀ ਦੇ ਵਿੱਚ ਹੁਣ ਇਹਨੂੰ ਦੇ ਦਿਆਂਗੇ ਮਤਲਬ ਕਿ ਡੀ ਏ ਪੀ ਅਤੇ ਥੋੜ੍ਹੀ ਬਹੁਤੀ ਹੋਰ ਅਤੇ ਨਾ ਮਾਤਰ ਦਿੰਦੇ ਹਾਂਜੀ ਨਾ ਮਾਤਰ ਗੱਟਾ ਗੱਟਾ ਕਿੱਲੇ ਦਾ ਜੀ चार किले दी खेती है। मैं दिखाया जे फल लगे ये पूरा फल पपीते दे नाल जेड़ा ये पूरा बूटे भरे हुए है। ਤਾਂ ਅੱਗੇ ਹੋਰ ਚੱਲ ਫਿਰ ਕੇ ਗੱਲਬਾਤ ਕਰਦੇ ਆ। ਤਾਂ ਇਹ ਜਿਹੜੇ ਜਿਹੜੇ ਬੂਟੇ ਆ ਇਹਨਾਂ ਨੂੰ ਮੌਸਮ ਕਿਹੜਾ ਚਾਹੀਦਾ ਹੁੰਦਾ ਜ਼ਿਆਦਾ? ਮੌਸਮ ਇਹਨਾਂ ਬਸ ਅੱਜ ਕੱਲ ਕੋਰੇ ਵਾਲਾ ਜੀ ਥੋੜਾ ਜਿਹਾ ਖਰਾਬ ਕਰਦਾ, ਬਾਕੀ ਸਾਰਾ ਹੀ ਵਧੀਆ ਜੀ। ਬਾਕੀ ਠੀਕ ਹੈ ਸਾਰਾ? ਹਾਂਜੀ ਹਾਂਜੀ। ਤੇ ਆਪਣੀ ਧਰਤੀ ਤੇ ਮਿਠਾਸ ਜ਼ਿਆਦਾ ਆਉਂਦੀ ਹੈ ਜੀ, ਜ਼ਿਆਦਾ ਮਿਠਾਸ। ਹਾਂ ਆਪਣਾ ਫਲ ਜ਼ਿਆਦਾ ਮਿੱਠਾ ਹੈ ਦੂਜੇ ਨਾਲ। ਤੇ ਇਹਦੇ ਚੋਂ ਮੰਨ ਲਓ ਪਪੀਤਿਆਂ ਦੀ ਖੇਤੀ ਪਿਛਲੇ 3 ਸਾਲਾਂ ਤੋਂ ਤੁਸੀਂ ਕਰ ਰਹੇ ਹੋ, ਕੋਈ 4 ਪੈਸੇ ਕੱਢਣ ਪਾਉਣ ਨੂੰ ਹੈਗੇ ਬਚਦੇ ਆ? ਕਿਰਪਾ ਮਹਾਰਾਜ ਸੱਚੇ ਪਾਤਸ਼ਾਹ ਦੀ 1 ਲੱਖ ਰੁਪਇਆ ਕਿੱਲੇ ਦਾ ਮਤਲਬ ਬਚਦਾ। ਹਾਂਜੀ ਹਾਂ, ਤਾਂ ਦੱਸ ਦਈਏ ਕਿ ਜਿਹੜੇ ਕਣਕ ਤੇ ਝੋਨੇ ਤੇ ਆਮ ਤੌਰ ਤੇ ਨਿਰਭਰ ਰਹਿੰਦੇ ਨੇ ਉਹ ਅਗਰ ਪਪੀਤਿਆਂ ਦੀ ਖੇਤੀ ਕਰਦੇ ਆ ਤਾਂ 1 ਲੱਖ ਰੁਪਇਆ ਕਿੱਲੇ ਦਾ ਬਚਦਾ ਹੈ। ਤੇ ਮਿਹਨਤ ਦੀ ਗੱਲ ਕਰੀਏ ਇਹਦੇ ਉੱਪਰ ਮਿਹਨਤ ਕਿੰਨੀ ਕੁ ਲੱਗਦੀ ਆ? ਨਹੀਂ ਮਿਹਨਤ ਤਾਂ ਛੋਟਾ ਬੂਟਾ ਵਾਲਣਾ ਔਖਾ ਜੀ, ਬਾਕੀ ਤਾਂ ਫਿਰ ਕੋਈ ਖਾਸ। ਉਹ ਤਾਂ ਛੋਟਾ ਬੂਟਾ ਤਿਆਰ ਕਰਨਾ ਤਾਂ ਇੱਕ ਵਾਰੀ ਮਿਹਨਤ ਲੱਗਦੀ। ਹਾਂਜੀ ਹਾਂਜੀ। ਤਾਂ ਇਹ ਪਪੀਤਿਆਂ ਦੀ ਸਾਈਜ਼ ਦੀ ਗੱਲ ਕਰ ਰਹੀਏ ਤਾਂ ਇਹਦਾ ਵੱਧ ਤੋਂ ਵੱਧ ਪਪੀਤੇ ਦਾ ਸਾਈਜ਼ ਕਿੰਨਾ ਕੁ ਤੁਸੀਂ ਹੁਣ ਤੱਕ ਜਿਹੜਾ 2 ਕਿਲੋ ਦਾ ਮਤਲਬ ਕਿ ਜਿਹੜਾ ਆਪਣਾ ਪਪੀਤਾ ਹੋ ਜਾਂਦਾ ਜੀ 2 ਕਿਲੋ ਤੱਕ ਦਾ ਪਪੀਤਾ ਵੀ ਹੁੰਦਾ? ਹਾਂਜੀ 1.5 ਤੋਂ 2 ਕਿਲੋ। ਇਹਦੀ ਫਿਰ ਅੱਗੇ ਜਿਹੜੀ ਵਿਕਰੀ ਹੈ ਉਹ ਕਿੱਥੇ ਕਿੱਥੇ ਕਰਦੇ ਹੋ? ਫਾਜ਼ਿਲਕਾ ਕਰਦੇ ਆ, ਅਰਨੀ ਵਾਲੇ ਕਰਦੇ ਆ, ਹੋਰ ਤੇ ਸਾਡੇ ਕੋਲ ਥੋਕਲ ਲੈ ਜਾਂਦੇ। ਮਤਲਬ ਕਿ ਸਾਰੇ ਜ਼ਿਲ੍ਹੇ ਦੇ ਵਿੱਚ ਤੁਸੀਂ ਇਹ ਤੁਹਾਡਾ ਪਪੀਤਾ? ਹਾਂਜੀ ਹਾਂਜੀ ਹਾਂਜੀ। ਜ਼ਿਲ੍ਹੇ ਦੇ ਵਿੱਚ ਹੋਰ ਤਾਂ ਹੈ ਨਹੀਂ ਕਿਤੇ ਪਪੀਤੇ ਦੀ ਖੇਤੀ? ਹੋਰ ਤਾਂ ਹਾਂ 1-2 ਪਰਿਵਾਰਾਂ ਨੇ ਲਾਇਆ ਹੈ ਜੀ, ਬਤਰੇ ਆ ਜਿੱਦਾਂ ਕਿ ਜੀਤਪੁਰੇ ਦੇ ਆ ਜਾਂ ਲਾਲ ਚੰਦ ਆ ਜੀਤਪੁਰੇ ਦਾ ਜੀ। ਅੱਛਾ ਜੀ। ਹਾਂਜੀ ਹਾਂਜੀ। ਤੇ ਹੋਰ ਤਾਂ ਮੇਰਾ ਹੈ। ਤੇ ਇਹਦੇ ਵਿੱਚ ਵੇਖਣ ਨੂੰ ਮਿਲ ਰਿਹਾ ਕਿ ਤੁਸੀਂ ਸਰੋਂ ਦੀ ਖੇਤੀ ਵੀ ਕੀਤੀ ਹੋਈ ਹੈ ਜਾਂ ਆਪਣੇ ਜਿਹੜੀ ਨਰਮੇ ਦੀ ਖੇਤੀ ਵੀ ਕਰ ਰਹੇ ਹੋ? ਇੱਕ ਬੜਾ ਵਧੀਆ ਜੀ, ਮਤਲਬ ਜਿਹੜਾ ਕਿ ਜਿਹੜੀ ਦੂਜੀ ਫਸਲ ਦੀ ਝੂਠ ਨਹੀਂ ਮੰਨਦਾ ਜੀ। ਅੱਛਾ ਜੀ। ਹਾਂ ਬਈ ਇਹਦਾ ਨਰਮਾ ਵੀ ਹੋ ਜਾਂਦਾ, ਫਸਲ ਸਰੋਂ ਵੀ ਹੋ ਜਾਂਦੀ ਹੈ। ਸਰੋਂ ਵੀ ਹੋ ਜਾਂਦੀ, ਨਰਮਾ ਵੀ ਹੋ ਜਾਂਦਾ। ਦੱਸ ਦਈਏ ਕਿ ਕਿਸਾਨ ਨੇ ਪਪੀਤੇ ਦੀ ਖੇਤੀ ਤਾਂ ਕੀਤੀ ਹੋਈ ਹੈ, ਇਸ ਦੇ ਨਾਲ 2 ਫਸਲਾਂ ਇਸ ਦੇ ਵਿੱਚ ਹੋਰ ਵੀ ਬੀਜੀਆਂ ਹੋਈਆਂ। ਇਸ ਦੇ ਵਿੱਚ ਪਹਿਲਾਂ ਸਰੋਂ ਦੀ ਖੇਤੀ ਵੀ ਹੈ ਤਾਂ ਨਰਮੇ ਦੀ ਹੈ, ਹੁਣ ਇਹ ਨਰਮਾ ਇਹਨਾਂ ਨੇ ਜਿਹੜਾ ਵੱਢਤਾ, ਛੱਟੀਆਂ ਵੱਢੀਆਂ ਜਾ ਰਹੀਆਂ, ਥੱਲੋਂ ਸਰੋਂ ਦੀ ਖੇਤੀ ਹੋ ਰਹੀ ਹੈ। ਤਾਂ 1 ਕਿੱਲੇ ਦੇ ਵਿੱਚ 3-3 ਫਸਲਾਂ ਉਗਾਈਆਂ ਜਾ ਰਹੀਆਂ। ਤੁਸੀਂ ਵੀ ਇਹਨਾਂ ਤੋਂ ਸੇਧ ਲੈ ਸਕਦੇ ਹੋ, ਵਿਧੀ ਦੇ ਰਾਹੀਂ ਤੁਸੀਂ ਵੀ ਪਪੀਤੇ ਦੀ ਖੇਤੀ ਕਰ ਸਕਦੇ ਹੋ। ਆਮ ਤੇ ਕਿਸਾਨਾਂ ਨੂੰ ਕੀ ਚਾਹੀਦੀ ਪਪੀਤੇ ਤੇ ਹੋਰ ਫਲਾਂ ਦੀ ਖੇਤੀ ਕਰਨੀ, ਕਿਉਂਕਿ ਸਾਡਾ ਧਰਤੀ ਦਾ ਪਾਣੀ ਤਾਂ ਬਹੁਤ ਜ਼ਿਆਦਾ ਥੱਲੇ ਜਾ ਰਿਹਾ? ਬਹੁਤ ਜ਼ਰੂਰੀ ਹੈ ਜੀ, ਬਹੁਤ ਜ਼ਰੂਰੀ। ਮੈਂ ਤਾਂ ਜਿਹੜਾ ਬੱਚੇ ਆਉਂਦੇ ਆ ਉਹਨਾਂ ਨੂੰ ਬਹੁਤ ਸਮਝਾਉਣਾ ਜੀ। ਹਾਂ ਉਹਦੇ ਪਿੰਡ ਦੇ ਬੱਚਿਆਂ ਨੂੰ ਬਹੁਤ ਡਰੈਸ ਕਰਦੇ ਆ ਤੇ ਇਲਾਕੇ ਦੇ ਬੱਚਿਆਂ ਨੂੰ ਵੀ ਵੀ ਤੁਸੀਂ ਆ ਨਵੇਂ ਜਿਹੜਾ ਮੋੜ ਲਿਆਈਏ ਹਰ ਚੀਜ਼ 'ਚ। ਹਾਂ ਜ਼ਰੂਰੀ ਹੈ ਬਹੁਤ ਜ਼ਿਆਦਾ। ਹੁਣ ਤਾਂ ਸਰਕਾਰਾਂ ਨੇ ਵੀ ਲਗਾਤਾਰ ਜਾਗਰੂਕ ਕਰਨਾ ਸ਼ੁਰੂ ਕਰਤਾ ਕਿ ਪਾਣੀ ਸਾਡਾ ਖਤਮ ਹੁੰਦਾ ਜਾ ਰਿਹਾ। ਹਾਂਜੀ ਇਹ ਤਾਂ ਬਹੁਤ ਹੀ ਵਧੀਆ ਜੀ, ਇਹਦਾ ਨਾ ਪਾਣੀ ਘੱਟ ਤੇ ਖੇਚਲ ਵੀ ਘੱਟ। ਖੇਚਲ ਵੀ ਘੱਟ? ਹਾਂਜੀ ਹਾਂਜੀ। ਇਹਦੇ ਕੋਈ ਉਹ ਦੂਜੀ ਬਿਮਾਰੀ ਨਹੀਂ ਪੈਂਦੀ ਜਿਵੇਂ ਕੋਈ ਸੁੰਡੀ ਜਾਂ ਕੋਈ ਮੱਛਰ ਤੇ ਲਾਨਾ, ਉਹ ਨਹੀਂ ਨਹੀਂ ਪੈਂਦੀ। ਹਾਂਜੀ ਹਾਂਜੀ। ਤਾਂ ਅੱਗੇ ਹੈ ਕੋਈ ਉਮੀਦ ਕਿ ਖੇਤੀ ਨੂੰ ਜਿਹੜੀ ਇਹ ਖੇਤੀ ਹੈ ਹੋਰ ਅੱਗੇ ਵਧਾਈ ਜਾਏਗੀ? ਹਾਂਜੀ ਵਧੀਆ। ਹਾਂ ਵਧਾਉਣ ਦੀ ਕੋਸ਼ਿਸ਼ ਕਰਦੇ ਹਾਂ। ਵਧਾਉਣ ਦੀ ਕੋਸ਼ਿਸ਼ ਕਰੋਗੇ? ਤਾਂ ਦੇਖਿਆ ਦਿਖਾ ਦਈਏ ਕਿ ਜਿਹੜੀ ਇਹ ਪਪੀਤੇ ਦੀ ਜਿਹੜੇ ਖੇਤ ਦੇ ਵਿੱਚ ਅਸੀਂ ਖੜੇ ਆ ਤਾਂ ਬੜੀ ਲਾਹੇਵੰਦ ਖੇਤੀ ਹੈ। ਕਿਸਾਨ ਫਸਲ ਚੱਕਰੀ ਦੇ ਵਿੱਚੋਂ, ਰਵਾਇਤੀ ਫਸਲ ਚੱਕਰੀ ਦੇ ਵਿੱਚੋਂ ਨਿਕਲ ਕੇ ਇਹ ਜਿਹੜੀ ਪਪੀਤਿਆਂ ਦੀ ਖੇਤੀ ਕਰ ਰਹੇ ਨੇ।